ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰ ਰਹੇ ਹਾਂ ਇਨਕਲਾਬੀ ਕਵੀ ਅਵਤਾਰ ਸੰਧੂ ਜਾਂ ਪਾਸ਼ ਦੇ ਬਾਰੇ। ਅੱਜ ਇਸ ਪ੍ਰੋਗਰਾਮ ਦੇ ਵਿੱਚ ਉਹਨਾਂ ਦੇ ਬਹੁਤ ਹੀ ਨਜ਼ਦੀਕੀ ਰਹੇ ਮਿੱਤਰ ਮੇਰੇ ਨਾਲ ਲਾਈਨ 'ਤੇ ਨੇ, ਜੋ ਕਿਸੇ ਜਾਣ ਪਛਾਣ ਦੇ ਮੁਤਾਜ ਨਹੀਂ, ਪ੍ਰਸਿੱਧ ਗੀਤਕਾਰ ਅਤੇ ਪੱਤਰਕਾਰ ਸ਼ਮਸ਼ੇਰ ਸੰਧੂ ਜੀ। ਸ਼ਮਸ਼ੇਰ ਸੰਧੂ ਜੀ, ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ 'ਚ ਸ਼ਾਮਿਲ ਹੋਣ ਲਈ। ਹਾਂਜੀ ਬਸੋਦਾ ਜੀ, ਤੁਹਾਨੂੰ ਤੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ। ਇੱਕ ਵਾਰੀ ਫੇਰ ਆਪ ਜੀ ਦਾ ਵੈਲਕਮ ਸ਼ਮਸ਼ੇਰ ਸੰਧੂ ਜੀ। ਸ਼ਮਸ਼ੇਰ, ਅੱਜ ਉਚੇਚੇ ਤੌਰ 'ਤੇ ਪਾਸ਼ ਦੇ ਬਾਰੇ ਗੱਲਬਾਤ ਕਰਾਂਗੇ, ਅੱਜ ਪਾਸ਼ ਦੀ ਬਰਸੀ ਹੈ। ਪਾਸ਼ ਦੇ ਤੁਸੀਂ ਕਾਫ਼ੀ ਨੇੜੇ ਰਹੇ ਹੋ, ਇਕੱਠੇ ਕੰਮ ਕੀਤਾ, ਤੁਸੀਂ ਨਜ਼ਦੀਕੀ ਮਿੱਤਰਾਂ 'ਚ ਹੋ, ਤੁਹਾਡੀ ਪਾਸ਼ ਨਾਲ ਨੇੜਤਾ ਕਿਵੇਂ ਬਣੀ ਸੀ ਇਹ ਦੱਸੋ। ਲੁਧਿਆਣੇ ਖਾਲਸਾ ਕਾਲਜ ਦੇ ਵਿੱਚ ਜਦੋਂ ਮੈਂ ਪੜ੍ਹਦਾ ਸੀ ਵਿਦਿਆਰਥੀ ਜੀਵਨ ਦੇ ਵਿੱਚ, ਅਸੀਂ ਸਾਹਿਤਕ ਸਮਾਗਮ ਬਹੁਤ ਕਰਾਉਂਦੇ ਹੁੰਦੇ ਸੀ। ਡਾਕਟਰ ਐਸ ਪੀ ਸਿੰਘ ਸਾਡੇ ਪੰਜਾਬੀ ਦੇ ਪ੍ਰੋਫੈਸਰ, ਉਹਨਾਂ ਦੀ ਦੇਖ ਰੇਖ ਦੇ ਵਿੱਚ ਗੁਰਭਜਨ ਗਿੱਲ, ਪ੍ਰੇਮ ਬਰਵਾਲਾ, ਹਰਪਾਲ ਕਨੇਜ ਵੀ, ਮੈਂ ਲਖਵੀਰ ਮਾਂਗਟ ਹੋਣੀ, ਤੇ ਹਰ 15 ਦਿਨਾਂ ਬਾਅਦ ਇੱਕ ਲੜੀ ਚਲਾਈ ਹੋਈ ਸੀ ਮੈਂ ਕਿਵੇਂ ਲਿਖਦਾ ਹਾਂ। ਉਹਦੇ ਵਿੱਚ ਕਦੇ ਸੰਤ ਸਿੰਘ ਸੇਖੋਂ ਸੱਦ ਲਿਆ, ਕਦੇ ਦਲੀਪ ਕੌਰ ਟਵਾਣਾ, ਮੋਹਨ ਕਾਲੋਂ, ਤੇ ਫਿਰ ਇਸੇ ਤਰ੍ਹਾਂ ਵਿੱਚ ਵਿੱਚ ਦੂਜੇ ਤੀਜੇ ਮਹੀਨੇ ਕਵੀ ਦਰਬਾਰ ਕਰਾਉਂਦੇ ਸੀ। ਉਹਦੇ ਵਿੱਚ ਪ੍ਰੋਫੈਸਰ ਮੋਹਨ ਸਿੰਘ ਹੋਣਾ ਤੋਂ ਲੈ ਕੇ ਤੇ ਨਵਿਆਂ ਨਵਿਆਂ ਤੱਕ ਸਾਰਿਆਂ ਨੂੰ, ਉਹਦੇ ਵਿੱਚ ਕਵੀ ਦਰਬਾਰਾਂ ਚ ਪਾਸ਼ ਵੀ ਆਉਂਦਾ ਸੀ। ਬਸ ਉੱਥੇ ਸਾਡੀਆਂ ਦੋ ਕੁ ਮੁਲਾਕਾਤਾਂ ਹੋਈਆਂ ਤੇ ਅਸੀਂ ਇੱਕ ਉਦੋਂ ਸੰਕਲਪ ਰਸਾਲਾ ਕਰਦੇ ਹੁੰਦੇ ਸੀ ਵਿਦਿਆਰਥੀ ਜੀਵਨ ਚ। ਉਹ ਕਹਿਣ ਲੱਗਿਆ ਵੀ ਉਹ ਰਸਾਲਾ ਮੈਨੂੰ ਬਹੁਤ ਪਸੰਦ ਆ ਤੇ ਮੈਨੂੰ ਹਰ ਵਾਰ ਭੇਜਿਆ ਕਰ, ਤੇ ਮੈਂ ਉਹਨੂੰ ਕਿਹਾ ਵੀ ਰਸਾਲੇ ਵਾਸਤੇ ਤੂੰ ਵੀ ਕੋਈ ਲਿਖਤ ਦੇ। ਉਹਨੇ ਵੀ ਸ਼ੁਰੂ ਕਰਤਾ। ਬਸ ਇਸ ਤਰ੍ਹਾਂ ਸਾਡਾ ਉਹ ਜਿਹੜਾ ਰਸਾਲੇ ਦੀ ਸਾਂਝ ਤੇ ਵਿਚਾਰਾਂ ਦੀ ਸਾਂਝ ਐਸੀ ਹੋਈ ਕਿ ਮੁੜ ਕੇ ਗੂੜੀ ਯਾਰੀ ਦੇ ਵਿੱਚ ਆਖਰੀ ਸਾਹਾਂ ਤੱਕ ਮਿਲੀ। ਅੱਜ ਸ਼ਮਸ਼ੇਰ ਉਹ ਗੱਲਾਂ ਸਾਂਝੀਆਂ ਕਰਨੀਆਂ ਚਾਹਵਾਂਗੇ, ਹੋ ਸਕਦਾ ਉਹਨਾਂ ਗੱਲਾਂ ਬਾਰੇ ਬਹੁਤੇ ਸਰੋਤਿਆਂ ਨੂੰ ਨਹੀਂ ਪਤਾ, ਕਿਤੇ ਕਿਤਾਬਾਂ 'ਚ ਨਹੀਂ ਮਿਲਦੀਆਂ, ਇਸੇ ਕਰਕੇ ਤੁਹਾਨੂੰ ਰਿਕੁਐਸਟ ਕੀਤੀ ਅੱਜ ਪ੍ਰੋਗਰਾਮ 'ਚ ਸ਼ਾਮਿਲ ਹੋਣ ਦੀ। ਸ਼ਮਸ਼ੇਰ, ਸੁਣਨ 'ਚ ਆਇਆ ਪਾਸ਼ ਜਿਹੜਾ ਸੀ ਨਕਸਲੀ ਸ਼ਾਇਰ ਤਾਂ ਸੀ, ਪਰ ਉਹ ਨਕਸਲਾਈਟ ਪਾਰਟੀ ਦਾ ਮੈਂਬਰ ਕਦੇ ਵੀ ਨਹੀਂ ਬਣਿਆ, ਇਸ ਦੇ ਬਾਰੇ ਦੱਸੋ। ਹਾਂਜੀ, ਉਹਦੀ ਜਿਹੜੀ ਵਿਚਾਰਧਾਰਾ ਸੀ ਬਿਲਕੁਲ ਜਿਸ ਤਰ੍ਹਾਂ ਅਮਰਜੀਤ ਚੰਦਨ, ਹਰਭਜਨ ਹਲਵਾਰ ਵੀ, ਲਾਲ ਸਿੰਘ ਬਿੱਲ, ਪਾਸ਼ ਨਕਸਲਾਈ ਪਲਹਿਰ ਦੇ ਵਿੱਚ ਉੱਭਰ ਕੇ ਇਹ ਲੇਖਕ ਲੋਕ ਸਾਹਮਣੇ ਆਏ, ਤੇ ਇਸ ਤਰ੍ਹਾਂ ਜਦੋਂ ਗੱਲਾਂ ਚੱਲੀਆਂ ਤਾਂ ਫਿਰ ਮੈਨੂੰ ਪਾਸ਼ ਨੇ ਦੱਸਿਆ ਸੀ ਵੀ ਬਕਾਇਦਾ ਨਕਸਲਾਈਟ ਪਾਰਟੀ ਦਾ ਉਹ ਜਿਹੜਾ ਮੈਂਬਰਸ਼ਿਪ ਹੁੰਦੀ ਆ ਜਾਂ ਇੱਕ ਮੈਂਬਰ ਇੱਕ ਚੰਡਾ ਜਮ੍ਹਾਂ ਕਰਾਉਣਾ ਜਾਂ ਇੱਕ ਪਰਚੀ ਕੱਟੀ ਜਾਂਦੀ ਆ, ਉਹ ਇਸ ਤਰ੍ਹਾਂ ਦਾ ਬਿਲਕੁਲ ਨਹੀਂ ਸੀ। ਨਾ ਹੀ ਉਹਦੇ ਤੇ ਕਦੇ ਕਿਸੇ ਨੇ ਏਦਾਂ ਦਾ ਦਬਾਅ ਪਾਇਆ ਸੀ, ਨਾ ਹੀ ਉਹਨੇ ਕੋਈ ਏਦਾਂ ਦੀ ਇੱਛਾ ਪ੍ਰਗਟ ਕੀਤੀ ਸੀ। ਪਰ ਉਹਦਾ ਮੇਲ ਜੋਲ ਬਾਬਾ ਬੂਝਾ ਸਿੰਘ ਉਹਨਾਂ ਤੋਂ ਲੈ ਕੇ ਸਾਰੇ ਨਕਸਲੀਆਂ ਨਾਲ, ਚਾਹੇ ਜਿਹੜੇ ਜੇਲ੍ਹਾਂ ਕੱਟਦੇ ਰਹੇ, ਚਾਹੇ ਮੈਦਾਨੀ ਇਲਾਕੇ 'ਚ ਸਰਗਰਮ ਰਹੇ, ਉਹਨਾਂ ਸਾਰਿਆਂ ਨਾਲ ਉਹਦਾ ਉਹਦੀ ਬੇਹੱਦ ਨੇੜਤਾ ਸੀ। ਬਾਬਾ ਬੂਝਾ ਸਿੰਘ ਦੀ ਜਿਹੜੀ ਸੀਗੀ ਟੋਇਆਂ ਦੇ ਵਿੱਚ ਮੀਟਿੰਗਾਂ ਕਰਵਾਈਆਂ, ਇੱਕ ਵਾਰ ਮਸ਼ਹੂਰ ਗੱਲ ਹੋਈ ਸੀਗੀ ਵੀ ਪਾਸ਼ ਨੇ ਆਪਦੇ ਤਲਵੰਡੀ ਸਲੇਨ ਪਿੰਡ ਭੋਰਾ ਪੱਟਿਆ ਹੋਇਆ। ਉਹ ਭੋਰਾ ਨਹੀਂ ਸੀ ਜਿਵੇਂ ਆਮ ਵੱਡੇ ਵੱਡੇ ਟੋਏ ਜੇ ਹੁੰਦੇ ਆ, ਉਹਨਾਂ ਵਿੱਚ ਲੁਕ ਕੇ ਜੇ ਇਹ ਕੁਛ ਮੀਟਿੰਗਾਂ ਕੀਤੀਆਂ ਸੀਗੀਆਂ। ਹਾਂ, ਉਹ ਮੈਂਬਰ ਨਹੀਂ ਸੀ ਨਕਸਲੀ ਪਾਰਟੀ ਦਾ। ਤੁਸੀਂ ਜੇਲ੍ਹਾਂ ਦੀ ਗੱਲ ਕੀਤੀ ਹੈ, ਪਾਸ਼ ਨੂੰ ਜੇਲ੍ਹ ਕਿਵੇਂ ਜਾਣਾ ਪਿਆ ਪਹਿਲੀ ਵਾਰ? ਉਹਦੇ ਤੇ ਇੱਕ ਪਸੂ ਕਤਲ ਕੇਸ ਪੈ ਗਿਆ ਸੀਗਾ, ਪਰ ਉਹ ਕੇਸ ਝੂਠਾ ਹੀ ਸੀ। ਉਹਦੇ ਵਿੱਚ ਹੀ ਉਹਨੂੰ 1.5-2 ਸਾਲ ਮੈਨੂੰ ਲੱਗਦਾ ਜਿਹੜਾ ਜੇਲ੍ਹ ਕੱਟਣੀ ਪਈ। ਉਹ ਜਲੰਧਰ ਚੱਕੀਆਂ ਚ ਬੰਦ ਸੀ। ਉਹ ਚੱਕੀਆਂ ਜਿਹੜੀਆਂ ਹੁੰਦੀਆਂ ਸੀ ਮਸਾਂ ਛੋਟੇ ਗੁਸਲਖਾਨੇ ਜਿਹੜੀਆਂ ਹੁੰਦੀਆਂ ਸੀ, ਬਸ ਇੱਕ ਰੋਸ਼ਨਦਾਨ ਹੁੰਦਾ ਸੀਗਾ। ਰੋਸ਼ਨਦਾਨ ਦੇ ਵਿੱਚ ਵੀ ਪਤਾ ਹੀ ਲੱਗਦਾ ਸੀਗਾ ਵੀ ਦਿਨ ਚੜ ਗਿਆ ਜਾਂ ਰਾਤ ਪੈ ਗਈ, ਤੇ ਉਹਦੇ ਵਿੱਚ ਦੱਸਦਾ ਵੀ ਇਹਨੇ ਖਟਬਲ ਸੀ, ਇੱਕ ਥੜਾ ਜਿਹਾ ਹੁੰਦਾ ਸੀ ਤੇ ਇੱਕ ਝੱਜਰ, ਝੱਜਰ ਜਾਂ ਸਰਾਹੀ ਜਿਹਨੂੰ ਕਹਿੰਦੇ, ਉਹ ਪਾਣੀ ਵੀ ਦੇ ਦਿੱਤੀ ਜਾਂਦੀ ਸੀ 24 ਘੰਟੇ ਵਾਸਤੇ। ਬੇਸ਼ੱਕ ਉਹਦੇ ਨਾਲ ਤੁਸੀਂ ਆਪਣਾ ਉੱਥੇ ਲੈਟਰੀਨ ਕਰਕੇ ਖੂੰਜੇ ਜੇ 'ਚ ਉਹ ਸਾਫ਼ ਕਰ ਲਓ, ਬੇਸ਼ੱਕ ਉਹ ਪੀ ਲਓ, ਬੇਸ਼ੱਕ ਹੱਥ ਧੋ ਲਓ, ਤੇ ਉੱਥੇ ਇਸੇ ਕਰਕੇ ਉਹਦੀ ਅੰਦਰ ਕਹਿੰਦੇ ਲਗਾਤਾਰ ਜਿਹੜੀ ਨਿਗਾਹ ਸੀ ਉਹ ਨਿਗਾਹ ਕੁਝ ਫੁੱਟ ਤੱਕ ਹੀ ਰਹੀ, ਇਸੇ ਕਰਕੇ ਉਹਦੀ ਫਿਰ ਨੇੜਲੀ ਨਿਗਾਹ ਕਮਜ਼ੋਰ ਹੋ ਗਈ ਸੀਗੀ ਤੇ ਉਹਨੂੰ ਫਿਰ ਜ਼ੁਕਾਮ ਵੀ ਰਹਿਣ ਲੱਗ ਗਿਆ ਸੀ, ਸਿੱਲਾਪਣ ਬਹੁਤ ਸੀ ਕੋਠੜੀਆਂ ਦਾ। ਤੇ ਹਾਂ, ਉੱਥੇ ਬਸੋਤਾ ਜੀ ਇੱਕ ਹੋਰ ਉਹਨੇ ਦੱਸਿਆ ਸੀ, ਉਹਦੇ ਨਾਲ ਦੀ ਚੱਕੀ ਦੇ ਵਿੱਚ ਇੱਕ ਪਾਸੇ ਤਾਂ ਪਾਕਿਸਤਾਨੀ ਸਮਗਲਰ ਬੰਦ ਸੀ ਤੇ ਦੂਜੇ ਪਾਸੇ ਨਾਲ ਦੀ ਚੱਕੀ ਵਿੱਚ ਸਾਬਕਾ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਦਾ ਜਿਹੜਾ ਕਾਤਲ ਗਿਣਿਆ ਗਿਆ ਸੀ ਸੁੱਚਾ ਵੀਰਬੰਸੀਆਂ ਵਾਲਾ, ਉਹ ਨਜ਼ਰਬੰਦ ਸੀ ਤੇ ਉਹ ਸੁੱਚਾ ਨਾਲ ਉਹ ਕਹਿੰਦਾ ਵੀ ਅਸੀਂ ਇੱਕ ਦੂਜੇ ਦਾ ਚਿਹਰਾ ਨਹੀਂ ਦੇਖ ਸਕੇ, ਲੇਕਿਨ ਰੋਸ਼ਨਦਾਸ ਰਾਹੀਂ ਸਾਡੀਆਂ ਗੱਲਾਂ ਬਾਤਾਂ ਹੁੰਦੀਆਂ ਰਹੀਆਂ। ਸੁੱਚਾ ਵੀ ਕਵਿਤਾਵਾਂ ਲਿਖਣ ਦਾ ਸ਼ੌਕੀਨ ਸੀ, ਉਹਨੇ ਕਵਿਤਾਵਾਂ ਲਿਖੀਆਂ ਤੇ ਫਿਰ ਉਹ ਵੀ ਸੁਣਾਈਆਂ ਇੱਕ ਦੂਜੇ ਨੂੰ,
ਤੇ ਫਿਰ ਉਹਨੇ ਇਹ ਦੱਸਿਆ ਸੀ ਮੈਂ ਨੇਪਾਲ ਦੇ ਰਸਤੇ ਸਵਿਟਜ਼ਰਲੈਂਡ ਨੂੰ ਨਿਕਲ ਜਾਣਾ ਸੀ, ਮੇਰਾ ਪਾਸਪੋਰਟ ਬਣ ਗਿਆ ਸੀ, ਪਰ ਕਿਸੇ ਬੰਦੇ ਦੀਆਂ ਗੱਲਾਂ ਚ ਆ ਕੇ ਮੈਂ ਪੇਸ਼ ਹੋ ਗਿਆ। ਬਸ ਪੇਸ਼ ਹੋਣ ਤੋਂ ਬਾਅਦ ਫਿਰ ਗਾਹ ਜਾ ਕੇ ਉਹਨੂੰ ਫਾਂਸੀ ਲੱਗ ਗਈ। ਤੇ ਜਿਹੜਾ ਪਾਕਿਸਤਾਨੀ ਸਮਗਲਰ ਸੀ ਉਹਨੂੰ ਹਨੇਰੇ ਦਾ ਖੋਬੀਆ ਸੀ, ਹਨੇਰੇ ਤੋਂ ਬਹੁਤ ਡਰਦਾ ਸੀ ਪਾਸ਼ਟਿੰਗ ਦਾ ਵੀ। ਉਹ ਤਾਂ ਫਿਰ ਉਹ ਕਹਿੰਦਾ ਸੀ ਮੈਨੂੰ ਸਜ਼ਾ ਭਾਵੇਂ ਦੁੱਗਣੀ ਕਰ ਦੋ ਪਰ ਮੈਨੂੰ ਚਾਨਣ ਚ ਰੱਖ ਲਓ। ਤੇ ਉਹ ਬਸ ਕਰਲਾਉਂਦਾ ਰਿਹਾ, ਕਿਹਨੇ ਸੁਣਨੀ ਸੀ ਆਵਾਜ਼ਾਂ। ਉਹ ਫਿਰ ਕੰਧ ਚ ਟੱਕਰਾ ਕੇ ਵਿਚਾਰਾ ਅੰਦਰ ਚੱਕੀ ਦੇ ਵਿੱਚ ਹੀ ਮਰ ਗਿਆ ਸੀ। ਸ਼ਮਸ਼ੇਰ, ਜਦੋਂ ਪਾਸ਼ ਜਲੰਧਰ ਜੇਲ੍ਹ ਵਿੱਚ ਬੰਦ ਸੀ, ਤੁਸੀਂ ਦੱਸਿਆ ਵੀ ਇੱਕ ਛੋਟੀ ਜਿਹੀ ਕੋਠੜੀ ਹੁੰਦੀ ਸੀ, ਉਹੀ ਟਾਇਲਟ ਦੇ ਲਈ ਪਾਣੀ ਵਰਤਣਾ, ਉਹੀ ਪੀਣ ਦੇ ਲਈ ਨਹਾਉਣ ਦੇ ਲਈ ਵਰਤਣਾ। ਫਿਰ ਜਿਹੜਾ ਪਾਸ਼ ਨੇ ਜੇਲ੍ਹ 'ਚ ਰਹਿ ਕੇ ਜਦੋਂ ਲਿਖਦਾ ਸੀ ਤਾਂ ਉਹਦੇ ਕੋਲ ਲਿਖਣ ਦੀ ਸਮੱਗਰੀ ਕਿਵੇਂ ਪਹੁੰਚਦੀ ਸੀ? ਨਾ ਪੈੱਨ ਸੀ ਨਾ ਕੁਛ ਸੀ, ਤਾਂ ਉਹ ਲਿਖਣ ਦਾ ਸਮਾਨ ਕਿਵੇਂ ਉਸਨੂੰ ਮੁਹੱਈਆ ਹੁੰਦਾ ਸੀਗਾ? ਉਹ ਜਦੋਂ ਮੁਲਾਕਾਤੀ ਕੋਈ ਜਾਂਦਾ ਸੀ, ਉਹਦਾ ਚਾਚਾ ਜਾਂ ਉਹਦਾ ਘਰ ਦਾ ਕੋਈ ਜਾਂ ਹੋਰ ਸੱਜਣ ਮਿੱਤਰ ਜਾਂਦੇ ਸੀ, ਤੇ ਉਹ ਜਿਹੜੇ ਕੇਲੇ ਸੰਤਰੇ ਲੈ ਜਾਂਦੇ ਸੀ, ਉਹ ਕੇਲਿਆਂ ਦੇ ਵਿੱਚ ਨਾ ਜਿਹੜਾ ਆਪਣਾ ਆਹ ਪੈੱਨ ਦਾ ਅੰਦਰਲਾ ਹੁੰਦਾ ਸਿੱਕਾ ਜਿਹਾ, ਪੈੱਨ ਨੀ ਪੂਰਾ, ਸਿੱਕੇ ਨੂੰ ਕੇਲੇ ਦੇ ਵਿੱਚ ਪਾ ਦਿੰਦੇ ਸੀਗੇ, ਤੇ ਉਹ ਸਿੱਕੇ ਦੇ ਨਾਲ ਹੀ ਲਿਖ ਲੈਂਦਾ ਸੀ। ਤੇ ਅੰਦਰ ਜਿਹੜੇ ਹੁੰਦੇ ਸੀਗੇ ਸਟਾਫ ਦੇ ਸੰਤਰੀ, ਉਹਨਾਂ ਨੂੰ ਕਹਿੰਦਾ ਸੀ ਉਹ ਜਿਹੜੇ ਵਾਧੂ ਜਿਹੇ ਲਿਫਾਫੇ ਆ ਸਿੱਟੇ ਹੋਏ ਨਾ ਮੈਨੂੰ ਦੇ ਦਿਓ, ਤੇ ਜਿਹੜੇ ਲਿਫਾਫੇ ਇੱਕ ਪਾਸਿਓਂ ਖਾਲੀ ਆ ਉਹ ਤਾਂ ਜ਼ਰੂਰ ਹੀ ਦੇ ਦਿਓ। ਉਹ ਇਸ ਤਰ੍ਹਾਂ ਦੇ ਖਾਕੀ ਜਾਂ ਚਿੱਟੇ ਜਿਹੜੇ ਹੁੰਦੇ ਸੀ ਰੱਬੀ ਲਿਫਾਫੇ, ਉਹਨਾਂ ਦੇ ਉੱਤੇ ਉਹਨੇ ਚਿੱਠੀ ਵੀ ਲਿਖ ਕੇ ਭੇਜੀ ਸੀਗੀ। ਉਹ ਚਿੱਠੀ ਜਿਹੜੀ ਅਜੇ ਤੱਕ ਓਰਿਜਿਨਲ ਚਿੱਠੀ ਵੀ ਮੇਰੇ ਕੋਲ ਪਈ ਆ, ਤੇ ਅਸੀਂ ਉਹ ਛਾਪੀ ਵੀ ਸੀ, ਕਿਤਾਬ ਦੇ ਵਿੱਚ ਵੀ ਛਾਪੀ ਸੀ, ਪੰਜਾਬੀ ਟ੍ਰਿਬਿਊਨ ਚ ਵੀ ਛਾਪੀ ਸੀ। ਤੇ ਦੂਸਰਾ ਸੀ ਜਿਹੜੀ ਕਵਿਤਾਵਾਂ ਨਾਗਬਾਣੀ ਦੇ ਫਰੰਟ ਪੇਜ ਤੇ ਤਿੰਨ ਕਵਿਤਾਵਾਂ ਅਮਰਦਾ ਪ੍ਰੀਤਮ ਨੇ ਛਾਪੀਆਂ ਸੀ, ਉਹ ਕਵਿਤਾਵਾਂ ਉਹਨੇ ਕਾਗਜ਼ ਤੇ ਲਿਖ ਕੇ ਜਿਹੜਾ ਪੱਗ ਦਾ ਤਿੰਨ ਜਿਹਾ ਹੁੰਦਾ ਇਹਦੇ ਨਾਲ ਆਪਣਾ ਅੱਡੀ ਦੇ ਵਿੱਚ ਆਪਦੀ ਅੱਡੀ ਦੇ ਵਿੱਚ ਖਬੋ ਕੇ ਉਹ ਕਾਗਜ਼ ਹੌਲੀ ਹੌਲੀ ਘੜੀਸ ਕੇ ਜਿਹੇ, ਤੇ ਉਹ ਮੁਲਾਕਾਤੀ ਜਿਹੜਾ ਸੀਗਾ ਉਹਨੂੰ ਫੜਾਤਾ, ਤੇ ਉਹਨੂੰ ਕਹਿਤਾ ਵੀ ਬਸ ਫਲਾਣੇ ਥਾਂ ਫੜਾ ਦੀ, ਤੇ ਬਿਨਾਂ ਬਿਨਾਂ ਟਿਕਟ ਲਾਇਆ ਬੰਦ ਲਿਫਾਫੇ ਚ ਇਸ ਐਡਰੈਸ ਤੇ ਭੇਜ ਦਿਓ। ਉਹ ਫਿਰ ਉਹਨੇ ਦੱਸਿਆ ਸੀ ਸਾਨੂੰ ਜਦੋਂ ਅਸੀਂ ਅੰਮ੍ਰਿਤਾ ਪ੍ਰੀਤਮ ਅਮਰੋਜ ਨੂੰ ਮਿਲੇ, ਉਹ ਕਹਿੰਦੇ ਵੀ ਆਹੋ ਜਿਹੜਾ ਬਿਨਾਂ ਟਿਕਟ ਦੇ ਲਿਫਾਫਾ ਹੁੰਦਾ ਉਹ ਤਾਂ ਰਜਿਸਟਰੀ ਵਾਂਗੂ ਡਾਕੀਆ ਘਰੇ ਵਾਲਾ ਹੱਥ ਚ ਫੜਾ ਕੇ ਜਾਂਦਾ, ਤੇ ਇਸ ਤਰ੍ਹਾਂ ਦੇ ਪ੍ਰਬੰਧ ਅੰਦਰ ਆਪਣੇ ਜੁਗਾੜ ਹੋ ਜਾਂਦੇ ਸੀ। ਤੇ ਜਦੋਂ ਜੇਲ੍ਹ ਵਿੱਚ ਸੀ ਉਦੋਂ ਤੁਹਾਡੀ ਮੁਲਾਕਾਤ ਹੋਈ ਜੇਲ੍ਹ ਵਿੱਚ ਰਹਿੰਦੇ ਸਮੇਂ ਉਹਦੇ ਨਾਲ ਕਦੇ? ਨਹੀਂ ਜੇਲ੍ਹ ਵਿੱਚ ਨਹੀਂ, ਉਹ ਉਦੋਂ ਜੇਲ੍ਹ ਚੋਂ ਆ ਚੁੱਕਿਆ ਸੀ ਜਦੋਂ ਦੂਸਰਾ ਸਾਡੇ ਨਾਲ ਉਹਦਾ ਪਿਆਰ ਪਿਆ ਨੇੜਤਾ ਹੋਈ ਆ, ਉਹ ਉਦੋਂ ਜੇਲ੍ਹ ਕੱਟ ਚੁੱਕਿਆ ਸੀ। ਵੈਸੇ ਉਸ ਤੋਂ ਬਾਅਦ ਵੀ ਉਹਨੂੰ ਕਈ ਵਾਰ ਇੱਦਾਂ ਨਾ ਜਿਵੇਂ ਮਤਲਬ ਇੱਦਾਂ ਦੇ ਹੁੰਦੇ ਆ ਪੁਲਿਸ ਦੇ ਕੰਮ ਕਾਰ ਵੀ ਜਿਵੇਂ 10 ਨੰਬਰੀ ਇਹਨੂੰ ਸੱਦ ਲੈਂਦੇ ਆ ਕੋਈ ਇਲਾਕੇ 'ਚ ਘਟਨਾ ਵਾਪਰੇ ਤੇ ਚਲੋ ਜੀ ਉਹਨਾਂ ਫਲਾਣੇ ਫਲਾਣੇ ਨੂੰ ਫੜ ਲਿਆਓ। ਇਸੇ ਤਰ੍ਹਾਂ ਕਿ ਜਦੋਂ ਮੰਤਰੀ ਹੁੰਦਾ ਸੀ ਸ਼ਾਇਦ ਰੇਲ ਮੰਤਰੀ ਸੀ, ਇੱਕ ਵਾਰ ਇੰਡੀਆ ਪੱਧਰ ਤੇ ਰੇਲਵੇ ਸਟ੍ਰਾਈਕ ਹੋਈ ਤਾਂ ਕੀ ਹੋਇਆ ਬਈ ਆਪਣਾ ਭਾਸ਼ ਨੂੰ ਵੀ ਪੜ ਕੇ ਅੰਦਰ ਦੇਤਾ, ਨਕੋਦਰ ਦੇਤਾ ਪਹਿਲਾਂ ਜੇਲ੍ਹ 'ਚ ਫਿਰ ਉੱਥੇ ਜਲੰਧਰ ਦੇਤਾ। ਉਹ ਫਿਰ ਉਹਨੂੰ ਇੱਕ ਉਹ ਕਹਿੰਦਾ ਮੈਨੂੰ ਇੱਕ ਥਾਣੇਦਾਰ ਨੇ ਸੁਝਾਅ ਦਿੱਤਾ, ਉਹ ਕਹਿੰਦਾ ਦੇਖ ਆਇਆ ਤਾਂ ਤੇਰਾ ਖਹਿੜਾ ਨੀ ਛੁੱਟਣਾ, ਜਦੋਂ ਵੀ ਤੂੰ ਘਟਨਾ ਵਾਪਰਨੀ ਆ ਤੈਨੂੰ ਤਾਂ ਅਸੀਂ ਏਦਾਂ ਲਿਆਉਣਾ ਹੀ ਆ। ਤੇ ਉਹ ਜਿਹੜਾ ਇੱਕ ਲਿਟਰੇਰੀ ਟੇਸਟ ਦਾ ਸੀ ਥਾਣੇਦਾਰ, ਉਹਨੇ ਦੱਸਿਆ ਵੀ ਤੂੰ ਉਹ ਕਰ ਐਵੇਂ ਢਾਈ ਚਾਰ ਲਾਈਨਾਂ ਦੀ ਨਾ ਕਿ ਖਬਰ ਜੀ ਲਵਾ ਲਾ। ਉਹ ਫਿਰ ਨਵਾਂ ਜਵਾਨਾਂ ਦੇ ਵਿੱਚ ਉਹ ਇੱਕ ਫਰਜ਼ੀ ਖਬਰ ਲਵਾ ਲਈ ਸੀ ਵੀ ਪਾਸ਼ ਨੇ CPI ਪਾਰਟੀ ਜੁਆਇਨ ਕਰ ਲਈ। ਅੱਛਾ ਜੀ, ਹੁਣ ਕੀ ਆ ਵੀ CPI ਪਾਰਟੀ ਜੁਆਇਨ ਕਰਨਾ, ਜਿਹੜਾ ਨਕਸਲਾਈਟ ਵਾਲਾ ਧੱਬਾ ਉਹ ਤੇਰੇ ਤੋਂ ਨੱਠ ਜੂਗਾ। ਤੇ ਏਦਾਂ ਫਿਰ ਅਸੀਂ ਥਾਣੇ ਦੇ ਕਾਗਜ਼ਾਂ 'ਚ ਵੀ ਕਹਿ ਦਿਆਂਗੇ ਵੀ ਹੁਣ ਇਹ ਖਤਰਨਾਕ ਬੰਦਾ ਨਹੀਂ ਹੈ, ਤੇ ਏਦਾਂ ਉਹਨੇ ਜਿਹੜਾ ਆਪਦਾ ਖਹਿੜਾ ਛਡਾ ਲਿਆ ਸੀ ਵਿਚਾਰ ਕਰ ਲਿਆ। ਸ਼ਮਸ਼ੇਰ, ਇੱਕ ਹੋਰ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਚਾਹਾਂਗਾ, ਉਹ ਹੈ ਜੋ ਫਲਾਇੰਗ ਸਿੱਖ ਮਿਲਖਾ ਸਿੰਘ, ਉਸ ਦੇ ਬਾਰੇ ਮੇਰਾ ਖਿਆਲ ਹੈ ਇਸ ਖਬਰ ਦੇ ਬਾਰੇ ਹਿੰਦੁਸਤਾਨ ਟਾਈਮਸ 'ਚ ਕਿਸੇ ਵੇਲੇ ਖਬਰ ਛਪੀ ਸੀ ਕਿ ਜਿਹੜੀ ਮਿਲਖਾ ਸਿੰਘ ਦੀ ਸਵੈ ਜੀਵਨੀ ਹੈ ਉਸ ਦੇ ਬਾਰੇ ਵਿਵਾਦ ਖੜਾ ਹੋਇਆ ਸੀ। ਮਿਲਖਾ ਸਿੰਘ ਕਹਿੰਦਾ ਵੀ ਸਵੈ ਜੀਵਨੀ ਤਾਂ ਮਤਲਬ ਹੀ ਇਹ ਹੈ ਕਿ ਆਪ ਲਿਖੀ ਹੈਗੀ ਹੈ, ਉਹ ਸਵੈ ਜੀਵਨੀ ਮਿਲਖਾ ਸਿੰਘ ਕਹਿੰਦਾ ਮੈਂ ਲਿਖੀ ਸੀ, ਉਹ ਅਸਲੀਅਤ ਕੀ ਸੀ? ਕੀ ਉਹ ਮਿਲਖਾ ਸਿੰਘ ਨੇ ਲਿਖੀ ਸੀ ਜਾਂ ਫਿਰ ਪਾਸ਼ ਦੀ ਕੋਈ ਇਨਵੋਲਵਮੈਂਟ ਸੀ, ਕਿੰਨੀ ਕੁ ਸੀ, ਇਸ ਦੇ ਬਾਰੇ ਵਿਸਥਾਰ ਨਾਲ ਦੱਸੋ। ਹਾਂਜੀ ਬਸੋਤਾ ਜੀ, ਉਹ ਜਿਹੜੀ ਹਿੰਦੁਸਤਾਨ ਟਾਈਮਸ ਨੇ ਫਰੰਟ ਪੇਜ ਤੇ ਬੋਟਮ ਖਬਰ ਲਾਈ ਸੀ 5-6 ਕਾਲਮੀ, ਉਹ ਮੇਰੀ ਕਿਤਾਬ ਜਦੋਂ ਛਪ ਕੇ ਆਈ ਨਾ ਇੱਕ ਪਾਸ਼ ਇਹ ਵੀ, ਤਾਂ ਉਹ ਮੈਂ ਨਵਦੀਪ ਗਿੱਲ ਤੇ ਮੈਂ ਅਸੀਂ ਉਹ ਕਿਤਾਬਾਂ ਏਦਾਂ ਅਖਬਾਰਾਂ ਵਾਲਿਆਂ ਨੂੰ ਜਾਂ ਸੰਬੰਧਿਤ ਬੰਦਿਆਂ ਨੂੰ ਦੇ ਆਏ। ਤਾਂ ਕੀ ਹੋਇਆ ਕਿ ਉਹ ਅਗਲੇ ਦਿਨ ਹੀ ਮੈਂ ਜਦੋਂ ਦੇਖਿਆ ਹੈਰਾਨ ਰਹਿ ਗਿਆ, ਉਹਦੇ ਵਿੱਚ ਮੇਰੇ ਇੱਕ ਚੈਪਟਰ ਸੀਗਾ ਜਿਹਦੇ ਵਿੱਚ ਮਿਲਖਾ ਸਿੰਘ ਦੀ ਸਵੈ ਜੀਵਨੀ ਬਾਰੇ
ਮੈਂ ਬੜੀ ਕਲੈਰਿਟੀ ਨਾਲ ਸਾਰਾ ਕੁਛ ਦੱਸਿਆ ਸੀਗਾ। ਉਹਦੇ ਚ ਇਹ ਸੀ ਕਿ ਦੇਸ਼ ਪਰਦੇਸ ਇੰਗਲੈਂਡ ਵਿੱਚ ਨਿਕਲਦਾ ਪੁਰਾਣਾ ਜਿਹੜਾ ਪੰਜਾਬੀ ਅਖ਼ਬਾਰ ਆ, ਉਹਦਾ ਐਡੀਟਰ ਸੀ ਤਰਸੇਮ ਸਿੰਘ ਪੁਰੇਵਾਲ। ਤਰਸੇਮ ਪੁਰੇਵਾਲ ਵਾਸਤੇ, ਦੇਸ਼ ਪਰਦੇਸ ਅਖ਼ਬਾਰ ਵਾਸਤੇ ਲਗਾਤਾਰ ਪਾਸ਼ ਕੰਮ ਕਰਦਾ ਸੀਗਾ। ਪ੍ਰਿੰਟਿੰਗ ਪ੍ਰੈਸ ਜੀ ਇੱਧਰ ਲਵਾਤੀ ਸੀ, ਉਦੋਂ ਸਿੱਕੇ ਦੇ ਅੱਖਰ ਹੁੰਦੇ ਸੀ ਜਿਹੜੇ ਪੁੱਠੇ ਪੁੱਠੇ ਬਣਦੇ ਸੀ ਤੇ ਸਿੱਧੇ ਛਪਦੇ ਸੀ, ਤੇ ਉਹ ਇੱਧਰੋਂ ਚਰਬੇ ਕਢਾ ਕੇ ਭੇਜਦਾ ਹੁੰਦਾ ਸੀ ਤੇ ਉਹਨੂੰ ਪਾਸ਼ ਨੂੰ ਲਗਾਤਾਰ ਉਹਦੇ ਕੋਲ, ਕਿਉਂਕਿ ਹੋਰ ਨੌਕਰੀ ਨਹੀਂ ਸੀ, ਕੋਈ ਆਮਦਨ ਦਾ ਸਾਧਨ ਸੀ, ਤੇ ਤਰਸੇਮ ਪੁਰੇਵਾਲ ਉਹਨੂੰ ਥੋੜੇ ਬਹੁਤ ਪੈਸੇ ਉੱਧਰ ਭੇਜ ਦਿੰਦੇ। ਫਿਰ ਜਦੋਂ ਪੁਰੇਵਾਲ ਇੱਧਰ ਆਇਆ ਤਾਂ ਉਹਨੇ, ਉਹ ਮਿਲਖਾ ਸਿੰਘ ਦਾ ਆੜੀ ਸੀ, ਮਿਲਖਾ ਸਿੰਘ ਨੇ ਉਹਦੇ ਨਾਲ ਗੱਲ ਕੀਤੀ ਵੀ ਮੈਂ ਯਾਰ ਆਪਦੀ ਦੂਸਰਾ ਆਪਦੇ ਜੀਵਨ ਦੇ ਉੱਤੇ ਕਿਤਾਬ ਲਿਖਾਉਣੀ ਆ। ਉਹ ਫਿਰ ਹੁਣ ਮਿਲਖਾ ਸਿੰਘ ਬਹੁਤ ਵਧੀਆ ਵੱਡਾ ਖਿਡਾਰੀ ਤਾਂ ਹੈ ਹੀ, ਲੇਕਿਨ ਲਿਖਣਾ ਹੋਰ ਗੱਲ ਆ। ਸੋ ਤਰਸੇਮ ਪੁਰੇਵਾਲ ਨੇ ਪਾਸ਼ ਨੂੰ ਕਿਹਾ ਵੀ ਤੂੰ, ਅਸੀਂ ਤੈਨੂੰ ਦੂਸਰਾ ਪੈਸੇ ਦੇ ਦਿਆਂਗੇ ਤੇ ਤੂੰ ਕਿਤਾਬ ਲਿਖ ਦੇ ਫਸਟ ਪਰਸਨ ਦੇ ਵਿੱਚ। ਉਹ ਜਿਹੜੀ ਮਿਲਖਾ ਸਿੰਘ ਵੱਲੋਂ ਲਿਖੀ ਗਈ ਸੀ, ਸਵੈ ਜੀਵਨ ਜੀ ਨੂੰ ਕਹਿੰਦੇ ਆ, ਨਹੀਂ ਤਾਂ ਫਿਰ ਜੀਵਨੀ ਹੋ ਜਾਂਦੀ ਨਾ, ਆਟੋਬਾਇਓਗ੍ਰਾਫੀ ਤੇ ਬਾਇਓਗ੍ਰਾਫੀ ਸਮਝਦੇ ਹੀ ਸਾਰੇ। ਸੋ ਉਹਦੇ, ਕਿਉਂਕਿ ਸੋ ਮੇਰੇ ਸਾਹਮਣੇ ਤਾਂ ਜਲੰਧਰ ਕੰਪੋਜ਼ ਹੋਈ, ਉਹਦੇ ਤਾਂ ਪ੍ਰੂਫ ਵੀ ਕਿਉਂਕਿ ਮੋਟੀ ਕਿਤਾਬ ਸੀਗੀ। ਕਈ ਵਾਰ ਪਾਸ਼ ਥੱਕ ਜਾਂਦਾ ਸੀ, ਕਹਿੰਦਾ ਸੀ ਯਾਰ ਮੈਂ ਇੱਕ ਰੀਡਿੰਗ ਦੇ ਲਈ, ਦੋ ਹੁਣ ਇੱਕ ਰੀਡਿੰਗ ਪ੍ਰੂਫ ਰੀਡਿੰਗ ਦੀ ਤੂੰ ਸਾਰੀ ਕਰ ਦੇ। ਸਾਡਾ ਪੱਤਰਕਾਰੀ ਦਾ ਤਜਰਬਾ ਕਰਕੇ ਸਾਡੀ ਸਪੀਡ ਬੜੀ ਸੀਗੀ ਪ੍ਰੂਫ ਰੀਡਿੰਗ ਕਰਨ ਦੀ। ਸੋ ਇਸ ਤਰ੍ਹਾਂ ਉਹਦੇ ਵਿੱਚ ਫਿਰ ਮੈਂ ਜਦੋਂ ਇੱਥੇ ਚੰਡੀਗੜ੍ਹ ਆਉਣਾ ਮਿਲਖਾ ਸਿੰਘ ਨੂੰ, ਉਹਨੇ ਮਿਲਣਾ, ਮਿਲਖਾ ਸਿੰਘ ਨੇ ਕਾਹਲਾ ਪੈਣਾ ਵੀ ਜਲਦੀ ਕਿਤਾਬ ਤਿਆਰ ਕਰ ਦੇ, ਉਹ ਸਾਰਾ ਪ੍ਰੋਸੈਸ ਮੇਰੇ ਸਾਹਮਣੇ ਹੀ ਪਿਆ। ਜਿਹੜਾ ਮੂਹਰੇ ਮੁੱਖ ਬਣ ਜਾ ਧੂਮ ਕਰਦੀ ਹੈ ਅੱਧੇ ਕਿਸਮ ਦੀ, ਬਈ ਮਿਲਖਾ ਸਿੰਘ ਵੱਲੋਂ ਤੇ ਮੈਂ ਫਲਾਨੇ ਦਾ, ਤਰਸੇਮ ਪੁਰੇਵਾਲ ਦਾ ਧੰਨਵਾਦੀ ਹਾਂ, ਪਾਸ਼ ਦਾ ਧੰਨਵਾਦੀ ਹਾਂ, ਫਲਾਨਾ ਤਿਨਕਾ, ਉਹ ਵੀ ਪਾਸ਼ ਦਾ ਹੀ ਲਿਖਿਆ ਹੋਇਆ ਸੀਗਾ। ਉਹ ਤਾਂ ਉੱਥੋਂ ਦੀ ਜਲੰਧਰ ਦੀ ਪ੍ਰੈਸ ਦੇ ਵਿੱਚ ਬਕਾਇਦਾ ਜਿਹੜਾ ਸੇਬੇ ਜੇ ਬੰਨ ਕੇ ਓਰੀਜਨਲ ਮੈਟਰ ਰੱਖਿਆ ਹੁੰਦਾ, ਹੋ ਸਕਦਾ ਅਜੇ ਵੀ ਕਿਤੇ ਬੰਡਲ ਪਏ ਹੋਣ। ਤੇ ਸੋ ਇਸ ਤਰ੍ਹਾਂ ਸੀ, ਹੋਰ ਵੀ ਏਦਾਂ ਬਹੁਤ ਹੁੰਦਾ। ਹੁਣ ਜਿਵੇਂ ਮਤਲਬ ਇਹ ਆਪਣੇ ਸਵੈ ਜੀਵਨੀਆਂ ਜੀਵਨੀਆਂ ਵਿੱਚ ਬਹੁਤ ਆ, ਜਿਵੇਂ ਦਾਰਾ ਸਿੰਘ ਦੀ ਸਵੈ ਜੀਵਨੀ ਆ, ਉਹ ਸੁਖਵੀਰ ਨੇ ਲਿਖੀ ਸੀਗੀ, ਨਾਵਲਕਾਰ ਸੁਖਵੀਰ ਨੇ ਬੰਬੇ ਵਾਲੇ ਨੇ, ਤੇ ਏਦਾਂ ਹੁੰਦਾ ਹੀ ਆ ਬੰਦੇ ਲਿਖਵਾ ਲੈਂਦੇ ਆ। ਸੋ ਉਹ ਮਿਲਖਾ ਸਿੰਘ ਨੇ ਲਿਖੀ ਸੀ, ਫਿਰ ਉਦੋਂ ਉਹਦੇ ਉੱਤੇ ਜਿਹੜਾ ਕਤਰਾਜ ਉੱਠਿਆ ਸੀ, ਤੇ ਫਿਰ ਪਾਸ਼ ਦੇ ਡੈਡੀ ਨੂੰ ਵੀ ਦੂਸਰਾ ਉਹਨਾਂ ਨੇ ਅਖਬਾਰ ਵਾਲਿਆਂ ਨੇ ਸੰਪਰਕ ਕੀਤਾ ਸੀ, ਇਕੱਲੇ ਮੇਰੇ ਕਹਿਣ ਤੇ ਜਾਂ ਮੇਰੀ ਕਿਤਾਬ ਦੇ ਚੈਪਟਰ ਤੇ ਨਹੀਂ, ਉਹਨਾਂ ਨੇ ਨਿਰਭਰ ਕੀਤਾ, ਉਹਨਾਂ ਨੇ ਬਕਾਇਦਾ ਹੋਰ ਸੋਰਸਿਸ ਤੋਂ ਵੀ ਪਤਾ ਕੀਤਾ ਸੀ ਕਿ ਸਵੈ ਜੀਵਨੀ ਲਿਖੀ ਕਿਹਨੇ ਆ। ਉਹ ਫਿਰ ਪਿਤਾ ਜੀ ਬਾਪੂ ਜੀ ਸੋਹਣ ਸਿੰਘ, ਉਹਨਾਂ ਨੇ ਵੀ ਦੱਸਿਆ ਸੀ ਵੀ ਬਕਾਇਦਾ, ਹਾਂ ਪਾਸ਼ ਨੇ, ਮੇਰੇ ਮੁੰਡੇ ਨੇ ਇਹ ਕਿਤਾਬ ਲਿਖੀ ਆ, ਉੱਡਣਾ ਸਿੱਖ ਮਿਲਖਾ ਸਿੰਘ। ਪਾਸ਼ ਦੇ ਬਾਰੇ ਜਦੋਂ ਮੈਂ ਅੱਜ ਤਿਆਰੀ ਕਰ ਰਿਹਾ ਸੀ ਤਾਂ ਮੈਂ ਉਸ ਦੇ ਚ ਮੈਨੂੰ ਪੜ੍ਹਨ ਨੂੰ ਮਿਲਿਆ, ਕਹਿੰਦੇ ਪਾਸ਼ ਬਹੁਤ ਸੋਹਣਾ ਸੁਨੱਖਾ ਸੀ ਤੇ ਸ਼ਹਿਤੂਤੀਆਂ ਵਾਂਗੂ ਉਹਦੇ ਬੁੱਲ ਸੀ, ਇਸ ਬਾਰੇ ਦੱਸੋ ਸੌਪਣ ਬਾਰੇ। ਹਾਂ, ਉਹ ਸ਼ਕੀਨੀ ਵੀ ਲਾ ਲੈਂਦਾ ਸੀ, ਜਿਵੇਂ ਉਹ ਵਾਲਾਂ ਨੂੰ ਹਾਈਡਰੋਜਨ ਜਿਹਾ ਲਾ ਕੇ ਖਾਕੀ ਤੇ ਬਰਾਊਨ ਜਿਹਾ ਕਰ ਲੈਂਦੇ ਆ, ਲਿਸ਼ਕਾ ਲੈਂਦੇ ਆ, ਇਸ ਤਰ੍ਹਾਂ ਵੀ ਉਹ ਕਈ ਵਾਰ ਕਟਿੰਗ ਚ ਕਰਾ ਲੈਂਦਾ ਸੀ। ਕਈ ਵਾਰ ਹੁੰਦਾ ਸੀ ਵੀ ਥੱਲੇ ਪੈਰਾਂ ਵਿੱਚ ਵੀ ਸ਼ੇਪ ਦੀਆਂ ਚੱਪਲਾਂ ਤੇ ਬਾਹਰ ਪੂਰਾ ਬੋਰਾਲਾ ਬਹੁਤ ਵਧੀਆ ਕੋਟ ਪਾ ਲੈਣਾ, ਤੇ ਉਹਦਾ ਇਉਂ ਸੀ ਵੀ ਉਹਦੀਆਂ ਅੱਖਾਂ ਬਹੁਤ ਪਿਆਰੀਆਂ ਸੀ ਤੇ ਉਹਦੇ ਬੁੱਲ ਬਹੁਤ ਪਿਆਰੇ ਸੀ, ਨੱਕ ਵੀ ਬਹੁਤ ਪਿਆਰਾ ਸੀ। ਦੂਸਰੀ ਗੱਲ, ਉਹਦਾ ਹੱਸਣ ਦਾ ਜਿਹੜਾ ਅੰਦਾਜ਼ ਸੀ, ਜਿਹੜਾ ਖਿੜ ਖਿੜ ਹੱਸਦਾ ਸੀ, ਉਹ ਵੀ ਐਂ ਜਿਵੇਂ ਮੱਕੀ ਦੇ ਮੁਰਮਰੇ ਦਾਣੇ ਹੁੰਦੇ ਆ ਏਦਾਂ ਦਾ ਸੀ। ਉੱਤੇ ਤੁਰਨ ਦੇ ਵਿੱਚ ਉਹ ਤੇਜ਼ ਬਹੁਤ ਸੀ, ਮਤਲਬ ਐਂ ਜਦੋਂ ਅਸੀਂ ਇਕੱਠੇ ਤੁਰਦੇ ਸੀ ਤਾਂ ਸਾਤੋਂ ਗਾਹ ਨਿਕਲ ਜਾਂਦਾ ਸੀ, ਤੇ ਉਹਨੂੰ ਤੋਰ ਧੀਮੀ ਕਰਕੇ ਸਾਨੂੰ ਨਾਲ ਰਲਾਉਣਾ ਪੈਂਦਾ ਹੁੰਦਾ ਸੀ। ਤੇ ਇੱਕ ਹੋਰ ਸੋਤਾ ਜੀ ਮੈਨੂੰ ਯਾਦ ਆਇਆ, ਉਹ ਅੰਤਾਂ ਦਾ ਵੱਡਾ ਵਿਦਵਾਨ, ਮੈਂ ਤਾਂ ਕਹਿੰਦਾ ਹੁੰਦਾ ਵੀ ਏਡਾ ਵੱਡਾ ਵਿਦਵਾਨ, ਇੰਨਾ ਉਹਦਾ ਪੜ੍ਹਾਈ ਦਾ, ਉਹਨੇ ਉਹਨੂੰ ਤਾਂ ਮਿਲ ਜੇ ਸਹੀ ਕੁਛ, ਜਦੋਂ ਅਜੇ ਟਰਟਸਕੀ ਬਾਰੇ ਨਹੀਂ ਸੀ ਪਤਾ, ਉਹਨੇ ਇੰਗਲੈਂਡ ਤੋਂ ਕਿਤਾਬਾਂ ਮੰਗਾ ਕੇ ਪੜ੍ਹੀਆਂ ਤੇ ਉਹਦੇ ਬਾਰੇ ਵੀ ਆਰਟੀਕਲ ਲਿਖਿਆ। ਤੇ ਵਿਦਵਤਾ ਤਾਂ ਤੋਬਾ ਤੋਬਾ, ਏਡਾ ਕ੍ਰੀਏਟਿਵ ਸੀ, ਲੇਕਿਨ ਨਾਲ ਉਹ ਜਦੋਂ ਨਾ ਬਹੁਤ ਥੱਕ ਜਾਂਦਾ ਸੀ ਸੰਘਣਾ ਸੀਰੀਅਸ ਸਾਹਿਤ ਪੜ੍ਹ ਕੇ, ਫਿਰ ਉਹ ਕਹਿੰਦਾ ਸੀ ਵੀ ਹੁਣ ਮੈਂ ਗੁਲਸ਼ਨ ਨੰਦਾ ਦੇ ਨਾਵਲ ਤੇ ਮਸਤਰਾਮ ਦੇ ਨਾਵਲ ਵੀ ਪੜੂੰਗਾ, ਇਹਦੇ ਨਾਲ ਫਿਰ ਮੈਂ ਰਿਲੈਕਸ ਹੋ ਜਾਂਦਾ। ਤੇ ਉਹ ਕਹਿੰਦਾ ਸੀ ਵੀ ਗੁਲਸ਼ਨ ਨੰਦਾ ਦੇ ਨਾਵਲ ਪੜ੍ਹਦੇ ਹੋਏ ਮੈਂ ਦੇਖਦਾ ਕਿ ਐਲੀਮੈਂਟ ਆਫ ਇੰਟਰਸਟ ਉਹਦੇ 'ਚ ਦੇਖਦਾ, ਕਿਉਂ ਬੱਸ ਅੱਡਿਆਂ ਤੇ ਰੇਲਵੇ ਸਟੇਸ਼ਨਾਂ ਤੇ ਕਿਉਂ ਸੈਂਕੜੇ ਹਜ਼ਾਰਾਂ ਲੋਕ ਗੁਲਸ਼ਨ ਨੰਦਾ ਨੂੰ ਖਰੀਦਦੇ ਆ ਤੇ ਪੜ੍ਹਦੇ ਆ, ਇਹਦਾ ਮਤਲਬ ਲੱਖ ਉਹਨੂੰ ਮਾੜਾ ਕਹੀ ਜਾਓ ਪਰ ਕੋਈ ਗੱਲ ਤਾਂ ਹੋ ਨਹੀਂ ਨਾ, ਉਹਦੇ 'ਚ ਸਾਹਿਤ ਉਹਨੂੰ ਨਾ ਮੰਨੋ, ਲੇਕਿਨ ਉਹਦੇ ਇਸ ਤਰ੍ਹਾਂ ਦਾ ਉਹਦੇ ਬਹੁਤ ਸ਼ੌਕ ਸੀ। ਉਹਨੇ ਨਾ ਇੱਕ ਵਾਰ ਹੋਰ ਛੋਟੀ ਜਿਹੀ ਮੈਂ ਗੱਲ ਦੱਸਦਾ, ਉਹ ਅਸੀਂ ਮੇਲੇ ਮੂਲੇ ਬਹੁਤ ਇਕੱਠੇ ਦੇਖਦੇ ਹੁੰਦੇ ਸੀ, ਉਹ ਕਹਿੰਦਾ ਸੀ ਕੋਈ ਵਧੀਆ ਜੇ ਟੱਪੇ ਦੱਸ, ਉਹਨਾਂ ਨੂੰ ਮੈਂ ਕੁਛ ਟੱਪੇ ਦੱਸੇ ਤੇ ਉਹਨੇ ਨਾ ਉਹਨਾਂ ਨੂੰ ਹਿੰਦੀ 'ਚ ਅਨੁਵਾਦ ਕਰਤਾ। ਹਿੰਦੀ ਵੀ ਐ ਜਿਵੇਂ ਸੰਸਕ੍ਰਿਤ ਟੱਚ ਲਾਈ ਦਾ, ਉਹਦੇ 'ਚ ਮੈਂ ਇੱਕ ਦੋ ਟੱਪੇ ਬੋਲਦਾ, ਉਹ ਦਿਲਚਸਪ ਬੜੇ ਆ,
ਦਰਸ਼ਕ ਵੀ ਇੰਜੋਏ ਕਰਨਗੇ। ਉਹਨੇ ਉਹ ਮੈਨੂੰ ਕਹਿੰਦਾ ਲੈ ਫਿਰ ਸੁਣ, ਉਹ ਕਹਿੰਦਾ ਵੀ ਸ਼ੀਘਰ ਚਲੇ ਜਾਓਗੇ ਵਿਨਾਸ਼ ਕੀ ਔਰ ਸੁਭਕ ਕਰਨਾ ਕੇ ਮਿੱਤਰ, ਕਿਆ ਮਿਲਾ ਕਪੋਲੋ ਕੇ ਸਪਰਸ਼ ਸੇ ਮੁਫ਼ਤ ਕੀ ਬਦਨਾਮੀ ਕੇ ਸਿਵਾ। ਹੁਣ ਸੁਣਨ ਵਾਲੇ ਨੂੰ ਐਂ ਲੱਗਦਾ ਵੀ ਇਹ ਕੀ ਗੱਲ ਬਣੀ, ਹੁਣ ਮੈਂ ਇਹਦੇ ਨਾਲ ਵੀ ਪੰਜਾਬੀ ਬੋਲਦਾ। ਸ਼ੀਘਰ ਚਲੇ ਜਾਓਗੇ ਵਿਨਾਸ਼ ਕੀ ਔਰ ਸੁਭਕ ਕਰਨਾ ਕੇ ਮਿੱਤਰ, ਉਹ ਕਹਿੰਦਾ ਵੀ ਇਹ ਉਹ ਟੱਪਾ ਕਿ ਪਤਲੀ ਨਾਰ ਦਿਆ ਯਾਰਾ ਛੇਤੀ ਘੱਸ ਜਾਏਗਾ। ਦੂਜਾ ਟੱਪਾ ਸੀ ਕਿਆ, ਆਹ ਸੁਣਿਓ, ਕਿਆ ਮਿਲਾ ਕਪੋਲੋ ਕੇ ਸਪਰਸ਼ ਸੇ ਮੁਫ਼ਤ ਕੀ ਬਦਨਾਮੀ ਕੇ ਸਿਵਾ। ਸੋ ਇਹਦਾ ਇਹ ਟੱਪਾ ਸੀ ਓਰਿਜਨਲ ਕਿ ਕੀ ਲੈ ਲਿਆ ਗੱਲਾਂ ਨੂੰ ਹੱਥ ਲਾ ਕੇ ਇਹਦੇ ਲਾਲਾ ਲਾਲਾ ਹੋ ਗਈ ਮਿੱਤਰਾ। ਸ਼ਮਸ਼ੇਰ ਮੈਂ ਚਾਹਾਂਗਾ, ਪਾਸ਼ ਦੀ ਜਦੋਂ ਡੈਥ ਹੋਈ ਹੈ ਤਾਂ ਸੁਰਜੀਤ ਪਾਤਰ ਨੇ ਇੱਕ ਕਵਿਤਾ ਲਿਖੀ ਸੀ, ਉਸ ਦੀਆਂ ਕੁਛ ਸਤਰਾਂ ਹੋ ਜਾਣ। ਹਾਂਜੀ ਹਾਂਜੀ, ਛੋਟੀ ਜਿਹੀ ਕਵਿਤਾ ਸੀ ਲੇਕਿਨ ਬਹੁਤ ਭਾਵਪੂਰਤ ਕਵਿਤਾ ਸੀਗੀ, ਤੇ ਜਿਵੇਂ ਤੁਹਾਨੂੰ ਪਤਾ ਹੀ ਆ ਮੈਨੂੰ ਬਹੁਤ ਕੁਛ ਜ਼ਬਾਨੀ ਚੇਤੇ ਆ। ਉਹ ਪਾਤਰ ਦੀ ਲਿਖੀ ਪਾਸ਼ ਬਾਰੇ ਕਵਿਤਾ ਕੀਤੀ ਹੈ, ਉਹ ਸੀ ਕਿ ਇੱਕ ਲਰਜ਼ ਦਾ ਨੀਰ ਸੀ ਜੋ ਮਰ ਕੇ ਪੱਥਰ ਹੋ ਗਿਆ। ਇੱਕ ਲਰਜ਼ ਦਾ ਨੀਰ ਸੀ ਜੋ ਮਰ ਕੇ ਪੱਥਰ ਹੋ ਗਿਆ, ਦੂਸਰਾ ਇਸ ਹਾਦਸੇ ਤੋਂ ਡਰ ਕੇ ਪੱਥਰ ਹੋ ਗਿਆ, ਤੀਸਰਾ ਇਸ ਹਾਦਸੇ ਨੂੰ ਕਰਨ ਲੱਗਾ ਸੀ ਬਿਆਨ, ਉਹ ਕਿਸੇ ਪੱਥਰ ਦੇ ਘੂਰਨ ਕਰਕੇ ਪੱਥਰ ਹੋ ਗਿਆ, ਇੱਕ ਸ਼ਾਇਰ ਬਚ ਰਿਹਾ ਸੰਵੇਦਨਾ ਸੰਗ ਲਰਜ਼ ਦਾ, ਇੱਕ ਸ਼ਾਇਰ ਬਚ ਰਿਹਾ ਸੰਵੇਦਨਾ ਸੰਗ ਲਰਜ਼ ਦਾ, ਇੰਨੇ ਪੱਥਰ ਉਹ ਤਾਂ ਗਿਣਤੀ ਕਰਕੇ ਪੱਥਰ ਹੋ ਗਿਆ। ਵਾਹ ਵਾਹ, ਸੋ ਇਸ ਤੋਂ ਉੱਤੇ ਕੁਛ ਰਹਿ ਨਹੀਂ ਜਾਂਦਾ ਹੈਗਾ ਸ਼ਮਸ਼ੇਰ। ਸੋ ਸਾਡੇ ਕੋਲ ਇੱਕ ਮਿੰਟ, ਹਾਂ ਆਖਰੀ ਇੱਕ ਮਿੰਟ ਹੈ, ਅਤੇ ਇਸ ਦੇ ਵਿੱਚ ਪਾਸ਼ ਦੇ ਬਾਰੇ ਕੀ ਕਹਿਣਾ ਚਾਹੋਗੇ ਜਾਂਦੇ ਜਾਂਦੇ ਸਾਡੇ ਸਰੋਤਾਂ ਨੂੰ? ਬਹੁਤ ਵੱਡੀ ਸੰਖਿਆ ਤੁਹਾਨੂੰ ਸਰੋਤੇ ਸੁਣ ਰਹੇ ਨੇ ਇਸ ਵੇਲੇ। ਮੈਨੂੰ ਇੱਕ ਪ੍ਰੋਫੈਸਰ ਨੇ ਦੱਸਿਆ, ਗੁਜਰਾਤ ਦੇ ਪ੍ਰੋਫੈਸਰ ਨੇ, ਕਿ ਵੀ 23 ਮਾਰਚ ਦਾ ਦਿਨ ਜਿਹੜਾ ਸ਼ਹੀਦ ਭਗਤ ਸਿੰਘ ਦਾ ਦਿਨ ਮਨਾਇਆ ਜਾਂਦਾ ਦੇਸ਼ ਭਰ ਦੇ ਵਿੱਚ, ਤੇ ਉਹ ਕਹਿੰਦਾ ਮੈਨੂੰ ਪੰਜਾਬ ਦਾ ਤਾਂ ਪਤਾ ਨੀ ਕਿਉਂਕਿ ਮੈਂ ਉੱਥੇ ਯੂਨੀਵਰਸਿਟੀ ਚ ਪ੍ਰੋਫੈਸਰ ਹਾਂ, ਪਹਿਲਾਂ ਮੈਂ ਕਾਲਜਾਂ ਚ ਪੜ੍ਹਾਇਆ, ਵੀ ਗੁਜਰਾਤ ਦੇ ਵਿੱਚ ਪਿੰਡਾਂ ਦੇ ਵਿੱਚ ਸ਼ਹੀਦ ਭਗਤ ਸਿੰਘ ਦੇ ਨਾਲ ਨਾਲ ਪਾਸ਼ ਦਾ ਜਨਮ ਦਿਨ ਵੀ ਮਨਾਇਆ ਜਾਂਦਾ, ਕੰਧਾਂ ਤੇ ਸ਼ਹੀਦ ਭਗਤ ਸਿੰਘ ਦੇ ਪੋਸਟਰ ਵੀ ਲੱਗੇ ਹੁੰਦੇ ਆ ਤੇ ਪਾਸ਼ ਦੇ ਪੋਸਟਰ ਵੀ ਲੱਗੇ ਹੁੰਦੇ। ਤੇ ਦੂਜੀ ਇੱਕ ਹੋਰ ਜਿਹੜੀ ਜਾਂਦੇ ਜਾਂਦੇ ਆਪਾਂ ਗੱਲ ਦੱਸ ਦਈਏ, ਪਾਸ਼ ਜਦੋਂ 11ਵੀਂ ਦਾ ਵਿਦਿਆਰਥੀ ਸੀ ਜਲੰਧਰ ਦੇ ਵਿੱਚ, ਜਿਹੜਾ ਈਵਨਿੰਗ ਕਾਲਜ ਦਾ ਉਹ ਸਟੂਡੈਂਟ ਸੀ ਪ੍ਰੈਪ ਦਾ, ਜਦੋਂ ਉਹ ਪ੍ਰੈਪ ਦਾ ਸਟੂਡੈਂਟ ਸੀ ਤਾਂ ਉਹਦੀ ਜਿਹੜੀ ਕਿਤਾਬ ਸੀ ਪੋਇਟਰੀ ਦੀ ਉੱਡਦੇ ਬਾਜ਼ਾ ਮਗਰ, ਉਹ ਦਿੱਲੀ ਯੂਨੀਵਰਸਿਟੀ ਦੇ ਵਿੱਚ MA ਦੇ ਵਿੱਚ ਕੋਰਸ ਵਿੱਚ ਲੱਗ ਗਈ ਸੀ ਚੌਥੇ ਪੇਪਰ ਦੇ ਵਿੱਚ। ਜੇ 11ਵੀਂ ਚ ਪੜ੍ਹਦੇ ਮੁੰਡੇ ਦੀ ਲਿਖੀ ਕਿਤਾਬ 16ਵੀਂ ਜਮਾਤ ਦੇ ਕੋਰਸ ਦੇ ਵਿੱਚ ਲੱਗੀ ਹੋਈ ਸੀ, ਇਹਨੂੰ ਲਾਇਆ ਸੀ ਡਾਕਟਰ ਹਰੀਭਜਨ ਨੇ ਉੱਡਦੇ ਬਾਜ਼ਾ ਮਗਰ। ਮੈਂ ਪਾਸ਼ ਦੇ ਚੁਬਾਰੇ ਚ ਬੈਠਾ ਸੀ, ਸਾਨੂੰ ਆ ਕੇ ਅਮਰਜੀਤ ਚੰਦਨ ਨੇ ਦੱਸੀ ਜੀ। ਸ਼ਮਸ਼ੇਰ ਕਹਿੰਦੇ ਵਕਤ ਮਿੱਤ ਨਹੀਂ ਹੁੰਦਾ, ਗੱਲਾਂ ਤਾਂ ਬਹੁਤ ਹੋਰ ਕਰਨ ਨੂੰ ਦਿਲ ਕਰਦਾ ਸੀ ਲੇਕਿਨ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਬਹੁਤ ਬਹੁਤ ਧੰਨਵਾਦ ਸ਼ਮਸ਼ੇਰ। ਤੁਹਾਡਾ ਵੀ ਸਾਰਿਆਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ।